ਪੰਜਾਬ ਦੀ ਹਰ ਖਬਰ ਤੇ ਅਪਡੇਟ ਰਹਿਣ ਦੇ ਲਈ ਰੇਡੀਓ ਪੰਜਾਬ ਟੂਡ ਦਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ। ਪੰਜਾਬ ਦੇ ਵਿੱਚ ਸਿਆਸੀ ਮਾਹੌਲ ਮੁੜ ਤੋਂ ਭੱਜ ਗਿਆ। ਇੱਥੇ ਚੋਣਾਂ ਦਾ ਐਲਾਨ ਹੋ ਗਿਆ। ਟਾਖਾ ਹਲਕਾ ਸੁਰਖੀ ਤੇ ਹੈ। ਟਾਖੇ ਤੋਂ ਮਨਪ੍ਰੀਤ ਸਿੰਘ ਪਹਿਲਾਂ ਮੈਂਬਰ ਆਪਣੇ MLA ਰਹਿ ਚੁੱਕੇ ਨੇ। ਸੋ ਐਲੀ ਸਾਹਿਬ, ਜਿੰਨੀ ਚੋਣ ਆ ਗਈ ਹੈ, ਕੀ ਏਜੰਡਾ ਰਹੇਗਾ? ਦੇਖੋ, ਇਸ ਜਿੰਨੀ ਚੋਣ ਦੇ ਵਿੱਚ ਜੋ ਪਿਛਲੇ ਕਿਉਂਕਿ 15 ਸਾਲ ਤੋਂ ਮੈਂ ਇਸ ਇਲਾਕੇ ਵਿੱਚ ਕਰ ਰਿਹਾ, ਇਹ ਹਲਕਾ ਮੇਰੇ ਪਰਿਵਾਰ ਦੀ ਤਰ੍ਹਾਂ ਵਾ। ਲੋਕਾਂ ਦੇ ਨਾਲ ਦੁੱਖ ਸੁੱਖ ਦੇ ਵਿੱਚ, ਇਸ ਇਲਾਕੇ ਦੀ ਡਿਵੈਲਪਮੈਂਟ ਦੇ ਵਿੱਚ, ਲੋਕਾਂ ਦੇ ਨਿੱਜੀ ਕੰਮਾਂ ਅਸੀਂ ਜੁੜੇ ਹੋਏ ਹਾਂ ਪਿਛਲੇ ਲੰਬੇ ਸਮੇਂ ਤੋਂ, 15 ਸਾਲਾਂ ਤੋਂ, ਅਤੇ ਲੋਕਾਂ ਨੇ ਮੇਰਾ ਸਾਥ ਵੀ ਬੜਾ ਦਿੱਤਾ। ਇੱਥੇ 4 ਦੇ ਵਿੱਚ ਪਾਰਲੀਮੈਂਟ ਦੀ ਇਲੈਕਸ਼ਨ ਹੋਈ, ਉਦੋਂ ਵੀ ਅਸੀਂ ਪੂਰੀ ਟੀਮ ਕੰਮ ਕਰ ਰਹੇ ਸੀ। ਫਿਰ 7 'ਚ ਸ਼ਿਵਾਲਿਕ ਸਾਹਿਬ MLA ਬਣੇ ਇੱਥੋਂ, ਫਿਰ 8 'ਚ ਮੈਂ ਇੱਥੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣ ਕੇ ਚੇਅਰਮੈਨ ਬਣਿਆ ਲੁਧਿਆਣੇ ਦਾ, ਫਿਰ 12 'ਚ ਮੈਨੂੰ ਇੱਥੋਂ MLA ਬਣਾਇਆ, ਫਿਰ 14 ਤੋਂ ਜਿਹੜੀ ਆਪ ਦੀ ਇੱਕ ਵੇਵ ਲਹਿਰ ਸ਼ੁਰੂ ਹੋ ਗਈ, ਉਸ ਲਹਿਰ ਦੇ ਵਿੱਚ ਸਾਡਾ ਕਾਫੀ ਨੁਕਸਾਨ ਹੋਇਆ। ਅਸੀਂ ਆਪਦੇ ਕੰਮ 'ਚ ਲੱਗੇ ਹੋਏ ਸੀ, ਇਸ ਇਲਾਕੇ ਨੂੰ ਅੱਗੇ ਲੈ ਕੇ ਜਾਣ ਨੂੰ। ਸਾਡਾ ਏਜੰਡਾ ਡਿਵੈਲਪਮੈਂਟ ਰਿਹਾ ਮੇਰਾ ਹਮੇਸ਼ਾ ਹੀ, ਵਿਰੋਧੀਆਂ ਦਾ ਏਜੰਡਾ ਰਿਹਾ ਭੰਡੀ ਪ੍ਰਚਾਰ, ਵੀ ਕਿਵੇਂ ਨਾ ਕਿਵੇਂ ਉਹਨਾਂ ਨੂੰ ਇਸ ਵੀ ਲੋਕਾਂ ਦਾ ਧਿਆਨ ਇਹਨਾਂ ਦੇ ਡਿਵੈਲਪਮੈਂਟ ਤੋਂ ਹੋਰ ਪਾਸੇ ਲੈ ਕੇ ਜਾਈਏ, ਵੀ ਲੋਕਾਂ ਨੂੰ ਇਸ ਪਾਸੇ ਧਿਆਨ ਨਾ ਜਾਵੇ, ਇਹਨਾਂ ਨੂੰ ਬਦਨਾਮ ਕਰੀਏ, ਇਹਨਾਂ ਦਾ ਭੰਡੀ ਪ੍ਰਚਾਰ ਕਰੀਏ। ਬੜਾ ਪਲੈਨਡ ਮੈਨੂੰ ਟਾਰਗੇਟ ਕੀਤਾ ਗਿਆ, ਸਾਡੀ ਪਾਰਟੀ ਨੂੰ ਟਾਰਗੇਟ ਕੀਤਾ ਗਿਆ, ਨਸ਼ਿਆਂ ਦੇ ਮੁੱਦੇ 'ਤੇ ਬੜਾ ਬਦਨਾਮੀ ਕੀਤੀ ਗਈ ਜੀ। ਇਹ ਤਾਂ ਜੀ ਨਸ਼ੇ ਵਿਖਾਉਂਦੇ ਆ ਜੀ, ਹਲਾਨਾ ਕਰਦੇ, ਇਹ ਸੁਣ ਕੇ ਹੈਰਾਨ ਹੋ ਜਾਂਦੇ ਸੀ ਯਾਰ। ਰਾਜਨੀਤੀ ਦੇ ਵਿੱਚ ਆਪਣਾ ਮਾਣ ਇੱਜ਼ਤ ਵਧਾਉਣ ਲਈ, ਪਰਿਵਾਰ ਦਾ ਆਇਆ, ਅਸੀਂ ਲੋਕਾਂ ਦੀ ਸੇਵਾ ਕਰਨ ਲਈ ਆਏ ਹਾਂ, ਕਿ ਅਸੀਂ ਸਾਡੇ ਗੁਰੂ ਮਹਾਰਾਜ ਨੇ ਬੜਾ ਕੁਛ ਦਿੱਤਾ ਹੋਇਆ, ਪਰ ਨਹੀਂ, ਉਹ ਇੱਕੋ ਹੀ ਗੱਲ 'ਤੇ ਲੱਗੇ ਹੋਏ ਸੀ, ਉਹਦੀ ਪਲੈਂਡ ਸੀ ਸਾਰਾ ਕੁਛ। ਕਿਤੇ ਨਾ ਕਿਤੇ ਲੋਕਾਂ 'ਤੇ ਕੋਈ ਅਸਰ ਵੀ ਹੋਇਆ, ਲੇਕਿਨ ਜਦੋਂ ਟਾਈਮ ਦੇ ਨਾਲ ਹੌਲੀ ਹੌਲੀ ਲੋਕਾਂ ਨੂੰ ਪਿਕਚਰ ਕਲੀਅਰ ਹੋਣ ਲੱਗੀ, 17 'ਚ ਇਲੈਕਸ਼ਨ ਆਈ, ਉਦੋਂ ਫਿਰ ਭੰਡੀ ਪ੍ਰਚਾਰ ਹੋਇਆ, ਅਤੇ ਇੱਥੋਂ ਫੂਲਕਾ ਸਾਹਿਬ ਜਿੱਤ ਗਏ। ਜਿੱਤਣ ਤੋਂ ਬਾਅਦ ਉਹ ਕਿੱਧਰ ਗਏ? ਉਹ ਆਏ ਹੀ ਨਹੀਂ ਮੁੜ ਕੇ। ਲੋਕਾਂ ਨੂੰ ਪਛਤਾਵਾ ਸ਼ੁਰੂ ਹੋ ਗਿਆ ਵੀ ਅਸੀਂ ਗਲਤ ਕੀਤਾ। ਆ 2.5 ਸਾਲ ਹੋ ਗਏ, ਕੋਈ ਅਕਾਲੀ ਦਲ ਦੇ ਜਿਹੜੇ ਦੋਸ਼ ਲਾਉਂਦੇ ਸੀ, ਕੋਈ ਸਾਬਤ ਨਹੀਂ ਹੋ ਸਕਿਆ ਸਾਬਤ ਹੋਣਾ, ਕਦੇ ਨਾ ਕੋਈ ਦੋਸ਼ ਕੋਈ ਕਸੂਰਵਾਰ ਹੈ। ਨਹੀਂ, ਇਹ ਤਾਂ ਗੱਲ ਮੈਂ ਤੁਹਾਡੀ ਮੰਨ ਗਈ। ਐਲੀ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ, ਅਦਾਲਤ ਹੁੰਦੀ ਹੈ ਇੱਕ ਲੋਕਾਂ ਦੀ ਅਦਾਲਤ ਹੁੰਦੀ ਹੈ, ਸਭ ਤੋਂ ਵੱਡੀ ਇੱਕ ਲੋਕ ਅਦਾਲਤ ਹੁੰਦੀ ਹੈ। ਜਦੋਂ ਲੋਕਾਂ ਦੇ ਵਿੱਚ ਮਨ ਦੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਧਾਰਨਾ ਬਣ ਜਾਵੇ, ਭਾਵਨਾ ਬਣ ਜਾਵੇ ਕਿ ਇਹ ਬੰਦੇ ਆਹ ਕੰਮ ਕੀਤਾ, ਸਭ ਤੋਂ ਵੱਡਾ ਗੱਲ ਦੇ ਉੱਤੇ ਦੋ ਦੋਸ਼ ਲੱਗੇ ਨੇ, ਨੰਬਰ 1 ਗੁਰੂ ਮਹਾਰਾਜ ਦੀ ਬੇਅਦਬੀ ਦਾ, ਨੰਬਰ 2 ਦੇ ਉੱਤੇ ਨਸ਼ਾ। ਹੁਣ ਇਹ ਅਦਾਲਤ ਕਦੋਂ ਪ੍ਰੂਫ ਹੁੰਦੇ ਨੇ, ਕਦੋਂ ਨਹੀਂ ਹੁੰਦੇ ਸੈੱਟ ਅਸਾਈਡ, ਆਪਣਾ ਜਿਹੜਾ ਦਾਗ ਧੋਣ ਦੇ ਲਈ ਤੁਹਾਡਾ ਕੀ ਏਜੰਡਾ ਲੋਕਾਂ ਦੇ ਵਿੱਚ ਹੁੰਦੀ? ਨਹੀਂ, ਉਹ ਤਾਂ ਦੇਖੋ ਸਮੇਂ ਨੇ ਇਸ ਚੀਜ਼ ਨੂੰ ਆਪੇ ਸਾਫ਼ ਕਰ ਦਿੱਤਾ। ਤਾਂ ਹੋਵੇ ਨਾ ਵੀ ਜੇ ਕਿਸੇ ਸਾਡਾ ਕੋਈ ਵਰਕਰ ਕਿਸੇ 'ਤੇ ਕਾਰਵਾਈ ਹੋ ਗਈ ਹੋਵੇ, ਜੀ ਆਹ ਵਰਕਰ ਹੈਗਾ, ਕੋਰਟ ਨੇ ਪ੍ਰੂਵ ਕਰਨਾ, ਤਾਂ ਹੈ ਹੀ ਕੋਈ ਨਹੀਂ ਗੱਲ। ਉਹ ਕਹਿੰਦੇ ਰਾਈ ਦਾ ਪਹਾੜ, ਇਹੀ ਕਹਿੰਦਾ ਟੋਪ ਕੀ ਹੈ ਨਹੀਂ ਗੱਲ ਜੀ। ਠੀਕ ਆ, ਜਿਹੜਾ ਦੂਸਰਾ ਇਸ਼ੂ ਆ ਗੁਰੂ ਗ੍ਰੰਥ ਸਾਹਿਬ ਵਾਲਾ, ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਸੁਣਨ ਵਾਲੇ ਹਾਂ, ਉਸ ਵਿਸ਼ੇ 'ਤੇ ਵੀ ਜੇ ਕੋਈ ਵੀ ਸੂਰਵਾਰ ਹੈਗਾ ਉਹਨੂੰ ਸਜ਼ਾ ਮਿਲਣੀ ਚਾਹੀਦੀ, ਚਾਹੇ ਕੋਈ ਵੀ ਆ, ਪਰ ਉੱਥੇ ਰਾਜਨੀਤੀ ਜ਼ਿਆਦਾ ਹੋਈ ਆ, ਹਾਲਾਤ ਕਈ ਵਾਰ ਘਟਨਾਵਾਂ ਜਾਂਦੀਆਂ, ਲੇਕਿਨ ਇਹਦੇ ਵਿੱਚ ਕੋਈ ਵੀ ਅਕਾਲੀ ਦਲ ਦਾ ਲੀਡਰ ਜਾਂ ਆਗੂ ਮੈਨੂੰ ਲੱਗਦਾ ਕਿ ਸੂਰਵਾਰ ਹੋ ਸਕਦਾ ਕੋਈ। ਹੁਣ ਗੱਲ ਆ ਗਈ ਇਸ ਇਲੈਕਸ਼ਨ ਦੀ, ਇਹਦੇ ਵਿੱਚ ਜਿਹੜੇ ਕੰਮ ਅਸੀਂ ਸਿੱਖਿਆ ਇਸ ਇਲਾਕੇ ਦੀ ਕੀਤੀ ਆ ਇਮਾਨਦਾਰੀ ਦੇ ਨਾਲ ਜੀ, ਇਸ ਇਲਾਕੇ ਨੂੰ ਅੱਗੇ ਲੈ ਕੇ ਜਾਣ ਲਈ ਜੋ ਯਤਨ ਉਪਰਾਲੇ ਕੀਤੇ ਨੇ, ਉਹ ਲੋਕਾਂ ਦੇ ਸਾਹਮਣੇ ਨੇ। ਅਤੇ ਦੂਜੇ ਪਾਸੇ ਇੱਥੋਂ ਆਪਣੇ 2 ਵਾਰ ਜਿੱਤ ਗਏ ਰਮੇਸ਼ ਸਿੰਘ ਬਟੂ, ਇੱਕ ਕੰਮ ਗਣਾ ਦੇਣ ਸਾਰੇ ਇਲਾਕੇ ਦੇ ਵਿੱਚ ਵੀ ਆਹ ਕੰਮ ਉਹਨਾਂ ਨੇ ਕਰਾਇਆ, ਕੋਈ ਵੀ ਤੁਸੀਂ ਇੱਥੋਂ ਸ਼ੁਰੂ ਹੋ ਜਾਓ। ਆਹ ਮੁੱਲਾਪੁਰ ਦੀ ਮੈਂ ਗੱਲ ਕਰ ਰਿਹਾ, ਇੱਥੇ ਖੜ੍ਹੇ ਹਾਂ, ਆਹ ਖੇਡ ਪਾਰਕ ਬਣਿਆ ਹੋਇਆ, ਇਹਦੇ ਨਾਲ ਸੇਵਾ ਕੇਂਦਰ ਬਣਿਆ ਹੋਇਆ, ਠੀਕ ਹੈ ਜੀ, ਇਹਦੇ ਨਾਲ ਚਲੇ ਜਾਓ ਅੰਬੇਦਕਰ ਭਵਨ ਬਣਿਆ ਹੋਇਆ, ਇਹਦੇ ਨਾਲ ਚਲੇ ਜਾਓ ਹੋਸਪਿਟਲ ਬਣਿਆ ਹੋਇਆ, ਇੱਧਰ ਚਲੇ ਜਾਓ ਪਸ਼ੂ ਹਸਪਤਾਲ ਬਣਿਆ ਹੋਇਆ, 30 ਏਕੜ ਦਾਣਾ ਮੰਡੀ ਬਣੀ ਆ, ਮਾਰਕੀਟ ਕਮੇਟੀ ਦਫ਼ਤਰ ਬਣਿਆ, ਸਬ ਸੀਲ ਕੰਪਲੈਕਸ ਬਣਿਆ, ਥਾਣੇ ਦੀ ਬਿਲਡਿੰਗ ਬਣੀ ਆ, ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਪ੍ਰੋਜੈਕਟ 14-12-13 ਕਰੋੜ ਦਾ ਲੱਗਿਆ। ਸੋ ਕਹਿਣ ਤੋਂ ਭਾਵ ਕਿ 5 ਸਾਲਾਂ 'ਚ 9 ਪ੍ਰੋਜੈਕਟ ਇਕੱਲੇ ਮੁੱਲਾਪੁਰ ਸ਼ਹਿਰ 'ਚ ਲਾ ਦਿੱਤੇ ਜੀ।
ਹਲਕੇ ਦੀਆਂ ਸੜਕਾਂ ਚੌੜੀਆਂ ਕੀਤੀਆਂ 150 ਕਿਲੋਮੀਟਰ, ਹਰ ਪਿੰਡ ਨੂੰ ਪੀਣ ਵਾਲਾ ਪਾਣੀ ਪਹੁੰਚਾਇਆ, ਹਰ ਪਿੰਡ ਨੂੰ ਜਾਣ ਲਈ ਸੜਕ ਚੌੜੀ ਕਰਨ ਦੀ ਕੋਸ਼ਿਸ਼ ਤਕਰੀਬਨ 70% ਚੌੜੀਆਂ ਕੀਤੀਆਂ, ਪਿੰਡਾਂ ਦੀਆਂ ਗਲੀਆਂ ਨਾਲੀਆਂ ਧਰਮਸ਼ਾਲਾ ਸ਼ਮਸ਼ਾਨ ਘਰ ਤੋਂ ਲੈ ਕੇ ਹਰ ਕੰਮ ਕਰਾਇਆ ਪਿੰਡਾਂ ਦਾ। ਅਤੇ ਇਹ ਇੱਕ ਵੀ ਗਿਣਾ ਦੇਣ ਵੀ 2.5 ਸਾਲਾਂ 'ਚ ਅਤੇ ਐੱਮ ਪੀ ਸਾਹਿਬ ਦੇ 5.5 ਸਾਲਾਂ 'ਚ ਵੀ ਉਹ 2 ਵਾਰ ਬਣ ਗਏ, ਵੀ ਕਿਹੜਾ ਕੰਮ ਇੱਥੇ ਹੋਇਆ ਇੱਕ ਵੀ ਜੀ, ਉਹ ਦਿਖਾ ਦੇਣ। ਤੁਸੀਂ ਉਹਨਾਂ ਤੋਂ ਪੁੱਛ ਲਿਓ ਵੀ ਭਾਈ ਤੁਸੀਂ ਕੰਮ ਗਿਣਾ ਦਿਓ। ਆਹ 11 ਮਹੀਨੇ ਹੋ ਗਏ ਪਤਾ ਸੀ ਬਾਈ ਇਲੈਕਸ਼ਨ ਹੋ, ਇਹਨਾਂ ਨੇ 100 ਕਰੋੜ ਦੇ ਐਲਾਨ ਕਰ ਦਿੱਤੇ। ਬਾਈ ਇਲੈਕਸ਼ਨ ਆ ਗਈ, ਬੱਲੇ ਬੱਲੇ ਹੋ ਜਾਣੇ ਆ, ਅਕਸਰ ਵੀ ਕੋਈ ਕੰਮ ਰਹਿਣਾ ਹੀ ਨਹੀਂ ਸਾਡਾ। ਐਸਟੀਮੇਟ 92 ਕਰੋੜ ਐਸਟੀਮੇਟ ਦੇ ਦਿੱਤੇ, ਕਹਿੰਦੇ 14 ਕਰੋੜ ਸੈਂਕਸ਼ਨ ਹੋ ਗਿਆ, ਜਦੋਂ ਆਇਆ 6 ਵੀ ਨਹੀਂ ਆਇਆ। ਹੁਣ ਪਿੰਡਾਂ ਨੂੰ 4 ਕਰੋੜ ਐਲਾਨ ਹੋਇਆ, 4 ਲੱਖ, ਇਹ ਦੱਸੋ ਹਾਲ ਕੀ ਹੋਊਗਾ ਉਹਨਾਂ ਦਾ, ਉਹ ਤਾਂ ਵੱਡੇ ਵੱਡੇ ਲੋਕਾਂ ਦਾ ਵਾਅਦੇ ਕਰੀਏ। ਇਹਨਾਂ ਨੇ ਚੈੱਕ ਵੰਡੇ, ਉਸ ਤੋਂ 4th ਦਿਨ ਛਪਾਰ ਕਾਨਫਰੰਸ ਆ ਗਈ ਜੀ, ਫਲੋਪ ਹੋ ਗਈ, ਕੋਈ ਬਸ ਬੰਦਾ ਹੀ ਨਹੀਂ ਗਿਆ ਕੋਈ। ਉਹ ਕਹਿੰਦੇ ਅਸੀਂ ਜੇ ਹੁਣ ਸਾਨੂੰ ਇਸ ਇਲਾਕੇ ਨੂੰ ਗ੍ਰਾਂਟ ਨਹੀਂ ਮਿਲ ਸਕਦੀ। ਦੇਖੋ ਅਕਾਲੀ ਦਲ ਸਮੇਂ, ਹਾਲਾਂਕਿ ਬਾਈ ਇਲੈਕਸ਼ਨ ਨਹੀਂ ਹੋਈ, ਰੂਟੀਨ ਕੰਮ ਕਰ ਰਹੇ ਸੀ, ਰੂਟੀਨ ਜੇ ਪੰਚਾਇਤਾਂ ਨੂੰ ਮੈਂ ਕਹਾਂ ਆਹ 30-35 ਕਰੋੜ ਦਾ ਖੇਡ ਪਾਰਕਾਂ 'ਤੇ, ਉਸ ਤੋਂ ਬਿਨਾਂ 70-80 ਕਰੋੜ ਰੁਪਇਆ ਪੰਚਾਇਤਾਂ ਨੂੰ ਹੋਰ ਮਿਲਿਆ ਜਿਹੜਾ ਬਾਕੀ ਕੰਮਾਂ ਦੇ ਲਈ। ਅਤੇ ਜੇ ਬਾਈ ਇਲੈਕਸ਼ਨ 'ਚ ਅੱਜ ਆਹ 2-2, 4-4 ਲੱਖ ਦੇ ਰਹੇ ਆ, ਰੂਟੀਨ ਤਾਂ ਦੇਣਾ ਹੀ ਕੁਛ ਨਹੀਂ ਸੀ ਇਹਨਾਂ ਨੇ। ਸੋ ਇੱਦਾਂ ਦੇ ਏਜੰਡੇ ਜੇ ਆਪ ਕਰ ਜਾਣਾ ਇਹਨਾਂ ਨੇ ਜੀ ਜੀ, ਸੋ ਇਹ ਤਰ੍ਹਾਂ ਲੋਕ ਜੋ ਜਾਣਾ ਲੋਕਾਂ ਕੋਲ ਤਾਂ ਇਹਨਾਂ ਨੂੰ ਪਤਾ ਲੱਗਣਾ, ਪਤਾ ਲੱਗਿਆ ਵੀ ਉਹ ਵੀ ਪੈਰਾਸ਼ੂਟ ਨਾ ਆ ਰਿਹਾ ਵਾ, ਜਿਹਦਾ ਇਸ ਇਲਾਕੇ ਨਾਲ ਕੋਈ ਦੂਰ ਦਾ ਸੰਬੰਧ ਵੀ ਹੈ ਨਹੀਂ। ਸੋ ਇਹ ਗੱਲਾਂ ਨੇ ਸਾਰੀਆਂ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਇਸ ਵਾਰ ਗੁੰਮਰਾਹ ਨਹੀਂ ਹੋਣਾ ਕਿਸੇ ਨੇ ਜੀ। ਸੋ 8 ਬਾਈ ਇਲੈਕਸ਼ਨ ਆ ਗਈ ਹੈ, ਇਹ ਕੈਂਡੀਡੇਟ ਸੀਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ, ਕਾਂਗਰਸ ਦੇ ਕੈਂਡੀਡੇਟ ਜਿਹੜੇ ਹਜੇ ਅਫੀਸ਼ਲੀ ਅਨਾਊਂਸ ਕੀਤੇ ਉਹਨਾਂ ਨਾਲ ਵੀ ਗੱਲਬਾਤ ਤੁਹਾਨੂੰ ਸੁਣਾਵਾਂਗੇ।